पठानकोट में हुए सड़क हादसे में 6 साल का बच्चा घायल हो गया और जिसे इलाज के लिए सिविल अस्पताल में इलाज के लिए दाखिल करवाया गया। जानकारी देते हुए पीड़ित बच्चे की मां ने बताया कि बीते दिन सड़क से गुजरती हुई तेज रफ्तार ट्राली की चपेट में आने से बच्चा और बुजुर्ग दोनों घायल हो गए, जिसे पहले इलाज के लिए प्राइवेट अस्पताल में दाखिल करवाया गया था, लेकिन हालत नाजुक होने के नाते बच्चे को सिविल अस्पताल पठानकोट रेफर कर दिया गया। मामले संबंधी ज़्यादा जानकारी देते हुए SMO डॉक्टर सुनील चंद ने बताया कि बच्चे की टांगों पर गहरी चोट आई थी, जिसे माहिर डॉक्टर्स की मदद से ठीक तो कर लिया गया था, लेकिन बच्चे की टांगों को प्लास्टिक सर्जरी करवाए जाने के लिए कह दिया गया है। ਭਾਜੀ ਮੇਰੇ ਨਾ ਅਸੀਂ ਕੰਮ ਤੇ ਚਲੇ ਗਏ ਸੀ ਦੋਨੇ ਜੀ ਘਰੋਂ, ਤੇ ਇਹਨਾਂ ਦਾਦੂ ਦਾ ਲੈ ਕੇ ਜਾਏ ਗਿਆ ਸੀਗਾ। ਟਰਾਲੀ ਵਾਲਾ ਆਇਆ, ਉਹਨੇ ਦੇਖਿਆ ਨੀ ਸੁਣਿਆ ਨੀ, ਦੋਨਾਂ ਦਾਦੇ ਪੋਤਰੇ ਨੂੰ ਫੰਡ ਮਾਰ ਦਿੱਤੀ। ਮੁੰਡਾ ਮੇਰਾ ਡਿੱਗ ਕੇ ਟਰਾਲੀ ਦੇ ਟਾਇਰ ਥੱਲੇ ਆ ਗਿਆ। ਉਹਨੇ ਦੇਖਿਆ ਨੀ ਕਿ ਉਹਨੇ ਦੇਖਿਆ ਕਿ ਬਜ਼ੁਰਗ ਨੂੰ ਲੱਗੀ ਹੈ, ਬੱਚਾ ਹੈ ਨੀ ਆ, ਬੱਚਾ ਟਰਾਲੀ ਦੇ ਥੱਲੇ ਹੀ, ਉਹਨੇ ਜਿੱਦਾਂ ਜਿੱਦਾਂ ਬ੍ਰੇਕਾਂ ਮਾਰੀਆਂ ਬੱਚਾ ਮੇਰਾ ਨਾਲ ਹੀ ਘਸਾਉਂਦਾ ਹੀ ਗਿਆ। ਇਹਦੇ ਉਹ ਬੁਰੀ ਹਾਲਾਤ ਆ ਨਾ ਕਿ ਕੀ ਕਰੀਏ, ਦੇਖਿਆ ਨੀ ਜਾਂਦਾ। ਪੁਲਿਸ ਕੰਪਲੇਂਟ ਨਹੀਂ ਕੀਤੀ, ਸਾਨੂੰ ਕਹਿੰਦੇ ਸੀ ਕਿ ਤੁਸੀਂ ਕੰਪਲੇਂਟ ਨਹੀਂ ਕਰਵਾਉਣੀ, ਅਸੀਂ ਸਾਰਾ ਟ੍ਰੀਟਮੈਂਟ ਕਹਿੰਦਾ ਮੈਂ ਨਾਲ ਹੋ ਕੇ ਕਰਵਾਵਾਂਗਾ, ਸਾਰਾ ਟ੍ਰੀਟਮੈਂਟ ਕਹਿੰਦੇ ਨਾਲ ਹੋ ਕੇ ਕਰਵਾਵਾਂਗਾ, ਪਰ ਹੁਣ ਉਹ ਮੁੱਕਰ ਗਿਆ। ਸਾਨੂੰ ਉੱਥੋਂ 2 ਦਿਨ ਮੈਕਸ ਕੇਅਰ ਦੇ ਰੱਖਿਆ, ਉੱਥੇ 2-3 ਦਿਨ ਦਾ ਖਰਚਾ ਦੇ ਕੇ ਹੁਣ ਜਾਨ ਛਡਾ ਲਈ ਹੈ। ਜਦੋਂ ਤੋਂ ਸਾਨੂੰ ਉੱਥੇ ਸ਼ਿਫਟ ਕਰਾਏ ਦੇ ਨਾ, ਉਹਨੇ ਕਿਹਾ ਸੀ ਸਾਨੂੰ ਸ਼ਿਫਟ ਕਰਾ ਦਿਓ, ਉੱਥੇ ਸ਼ਿਫਟ ਕਰਾਏ ਦਾ ਕੋਈ ਮਗਰ ਬਤਕਾ ਨਹੀਂ ਲਈ, ਕੋਈ ਕੁਛ ਨਹੀਂ ਹੈ। ਬੱਚਾ ਮੇਰਾ ਦਿਨ ਰਾਤ ਤੜਫਦਾ, ਸਾਡੇ ਕੋਲ ਦੇਖਿਆ ਨਹੀਂ ਜਾਂਦਾ। ਸਰਜਰੀ ਹੋਣੀ ਹੈ ਜੀ, ਪਲਾਸਟਿਕ ਸਰਜਰੀ ਲੱਤਾਂ ਦੀ। ਹਾਲਾਤ ਦੇਖੋ ਤੇ ਕਿੰਨੀ ਮਾੜੀ ਹੈ, ਦੇਖੋ ਦੇਖੋ, ਨਾ ਉੱਠਦਾ ਨਾ ਬੈਠਦਾ, ਪਿੱਠ ਵੀ ਸਾਰੀ ਇਹਦੀ ਰਗੜੋਈ ਦੀ ਹੈਗੀ ਹੈ। ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ। ਇੱਥੇ ਤਾਂ ਉਹਨਾਂ ਨੇ ਕਿਹਾ ਕਿ ਇਨਫੈਕਸ਼ਨ ਦੇ ਇੰਜੈਕਸ਼ਨ ਲੱਗਣ ਆ, ਬਾਕੀ ਦਾ ਇੱਥੇ ਤਾਂ ਸਾਰਾ ਟ੍ਰੀਟਮੈਂਟ ਹੋ ਰਿਹਾ ਆ, ਪਰ ਉਹ ਸਰਜਰੀ ਵਾਲੇ ਹੀ ਚੈੱਕ ਕਰਦੇ ਇਹਨੂੰ ਨੀਚੇ ਐਮਰਜੈਂਸੀ 'ਚ। ਡਾਕਟਰ ਵਿਸ਼ਾਲ ਕੋਹਲੀ ਉਹੀ ਦੇਖ ਰਹੇ ਆ। ਉਹਨਾਂ ਨੇ ਖੁਦ ਕਿਹਾ ਇੰਨੀ ਗੱਲ ਕਿ ਇਹਦਾ ਟ੍ਰੀਟਮੈਂਟ ਹੋਣਾ, ਇਹਦੀ ਪਲਾਸਟਿਕ ਸਰਜਰੀ ਹੀ ਹੋਣੀ ਆ, ਇਹ ਬੋਲਦੇ ਆ ਕਿ ਇੱਥੇ ਨਹੀਂ ਹੁੰਦੀ। ਸਿਵਲ ਹਸਪੀਟਲ ਪਠਾਨਕੋਟ ਦੀ ਐਮਰਜੈਂਸੀ ਵਿੱਚ 29/4/24 ਨੂੰ ਇੱਕ ਪੇਸ਼ੈਂਟ ਲਵ ਆਇਆ ਹੈ, ਜਿਹੜਾ 6-7 ਸਾਲ ਦਾ ਬੱਚਾ ਹੈਗਾ, ਜਿਹਦੇ ਪੈਰ 'ਤੇ ਸੱਟ ਲੱਗੀ ਹੋਈ ਹੈ। ਅਸੀਂ ਉਹਨੂੰ ਪਲਾਸਟਿਕ ਸਰਜਰੀ ਦੀ ਲੋੜ ਹੈਗੀ ਹੈ, ਪਰ ਪਲਾਸਟਿਕ ਸਰਜਰੀ ਦੀ ਤਿਆਰੀ ਹੋਣ ਤੋਂ ਤੱਕ ਉਹ ਸਾਡੇ ਕੋਲ ਰਹੇਗਾ। ਅਸੀਂ ਉਹਦੇ ਜੋ ਵੀ ਟ੍ਰੀਟਮੈਂਟ ਹੈਗਾ, ਉਹਦੀ ਡਰੈਸਿੰਗਸ ਹੈਗੀਆਂ, ਚਾਹੇ ਕੋਈ ਐਂਟੀਬਾਇਓਟਿਕ ਹੈਗਾ ਜਾਂ ਇਨਫੈਕਸ਼ਨ ਕਿਸੇ ਵੀ ਕਿਸਮ ਦੀ ਹੈਗੀ ਹੈ, ਅਤੇ ਉਹਦੀ ਦੂਰ ਕਰਕੇ ਫਿਰ ਅਸੀਂ ਉਹਨੂੰ ਪਲਾਸਟਿਕ ਸਰਜਨ ਕੋਲ ਰੈਫਰ ਕਰ ਦੇਵਾਂਗੇ। ਬੱਚਾ ਇਸ ਵੇਲੇ ਬਿਲਕੁਲ ਸਟੇਬਲ ਹੈਗਾ ਅਤੇ ਖਤਰੇ ਤੋਂ ਬਾਹਰ ਹੈਗਾ। ਜਦੋਂ ਸਾਡੇ ਕੋਲ ਪੇਸ਼ੈਂਟ ਪਹੁੰਚਿਆ, ਜਿਹੜਾ ਇਹਦਾ ਜ਼ਖਮ ਸੀਗਾ ਬਹੁਤ ਹੀ ਖਰਾਬ ਸੀਗਾ, ਅਤੇ ਸਾਡੇ ਡਾਕਟਰ ਸਾਹਿਬਾਨਾਂ ਦੀ ਟੀਮ ਨੇ ਇਹਨੂੰ ਠੀਕ ਕੀਤਾ ਹੈਗਾ, ਅਤੇ ਜਿਹੜੀ ਵੀ ਇਹਦੀ ਡਰੈਸਿੰਗਸ ਵਗੈਰਾ ਜਾਂ ਜੋ ਵੀ ਇਹਦੀ ਐਂਟੀਬਾਇਟਿਕ ਵਗੈਰਾ ਚੱਲ ਰਹੇ ਹੈਗੇ ਆ, ਜਦੋਂ ਇਹ ਬਿਲਕੁਲ ਠੀਕ ਹੋ ਜਾਂਦਾ ਹੈਗਾ ਅਤੇ ਫਿਰ ਇਹਨੂੰ ਅਸੀਂ ਰੈਫਰ ਕਰਾਂਗੇ। ਇਹਦੀ ਪਲਾਸਟਿਕ ਸਰਜਰੀ ਹੋਣੀ ਹੈ, ਅਸੀਂ ਇਹਨੂੰ ਪਲਾਸਟਿਕ ਸਰਜਨ ਕੋਲ ਰੈਫਰ ਕਰ ਦੇਵਾਂਗੇ। ਨਮਸਕਾਰ। ਦੁਨੀਆ ਦੀ ਬਿਹਤਰੀਨ ਕੈਥ ਲੈਬ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗ ਚ ਅਸਟੈਬਲਿਸ਼ ਹੋ ਗਈ ਹੈ। ਸਿੱਧਾ ਵਾਈਟ ਮੈਡੀਕਲ ਕਾਲਜ ਆਓ, ਇਲਾਜ ਕਰਾਓ। ਸਲਾਹ ਰਿਹਾ ਤੁਹਾਡਾ ਭਰਾ ਤੁਹਾਡੇ ਦੁੱਖ ਸੁੱਖ ਚ ਹਾਜ਼ਰ ਹੈ। ਧੰਨਵਾਦ।